ਮੈਂ ਸਭ ਨਾਲੋਂ ਪਹਿਲਾਂ ਧੰਨਵਾਦ ਕਰਾਂਗਾ ਆਪਣੇ ਅੱਜ ਦੇ ਜੋ ਗੈਸਟ ਹੈ ਡਾਕਟਰ ਮਨੀਸ਼ ਜੀ, ਵਿਸ਼ਾਲ ਜੀ, ਸ਼ਿਖਾ ਮੈਡਮ ਔਰ ਭੈਣ ਜੀ, ਔਰ ਨਾਲ ਸਾਡੇ ਬਾਬਾ ਜੀ, ਜਿਨ੍ਹਾਂ ਦੇ ਉਪਰਾਲੇ ਸਦਕੇ ਅਸੀਂ ਹਰ ਜਗ੍ਹਾ ਪੂਰੇ ਜਲੰਧਰ ਸ਼ਹਿਰ 'ਚ ਬੂਟੇ ਲਗਾ ਰਹੇ ਹਾਂ। ਔਰ ਮੈਂ ਸਿਰਫ ਇੱਕ ਮੈਸੇਜ ਪਹਿਲਾਂ ਵੀ ਦਿੱਤਾ, ਹੁਣ ਵੀ ਦੇਣਾ ਚਾਹ ਰਿਹਾ, ਜੋ ਕਿ ਤੁਸੀਂ ਪਹਿਲਾਂ ਕਹਿ ਵੀ ਚੁੱਕੇ ਹੋ ਕਿ ਸਾਨੂੰ ਵਾਕਿਆ ਹੀ ਕਿ ਅਗਰ ਕਿਸੇ ਦੀ ਅਗਰ ਡੈਥ ਵੀ ਹੁੰਦੀ ਹੈ ਆਪਾਂ ਉਹਦੇ ਨਾਂ 'ਤੇ ਬੂਟਾ ਜ਼ਰੂਰ ਲਗਾਈਏ, ਚਾਹੇ ਕਿਸੇ ਦਾ ਜਨਮ ਹੁੰਦਾ ਉਹਦੇ ਨਾਂ 'ਤੇ ਬੂਟਾ ਜ਼ਰੂਰ ਲਗਾਈਏ। ਉਹ ਇੱਕ ਨਾ ਯਾਦਗਾਰ ਹਮੇਸ਼ਾ ਬਣੀ ਰਹਿੰਦੀ ਹੈ, ਇਹ ਪਰਿਆਵਰਨ ਲਈ ਵੀ ਸਹੀ ਹੈ ਔਰ ਸਾਡੇ ਆਪਣੇ ਲਈ ਵੀ। ਹੁਣ ਮੈਂ ਕਾਫੀ ਜਗ੍ਹਾ ਬੂਟੇ ਲਗਾਏ ਨੇ, ਅੱਜ ਉਹ 20-20 ਫੁੱਟ ਦੇ ਹੋ ਗਏ ਨੇ, ਇੱਕ ਦਿਮਾਗ 'ਚ ਰਹਿੰਦਾ ਕਿ ਮੈਂ ਰਵਾਂ ਨਾ ਰਵਾਂ, ਲੇਕਿਨ ਇਹ ਬੂਟੇ ਜ਼ਰੂਰ ਰਹਿਣੇ ਹੈ। ਅਤੇ ਬਸ ਮੇਰਾ ਇੱਕੋ ਹੀ ਸਾਰੇ ਆਪਣੇ ਜਿੰਨੇ ਵੀ ਪੂਰੇ ਦੇਸ਼ ਵਾਸੀਆਂ ਤੋਂ ਮੇਰਾ ਇੱਕ ਨਿਵੇਦਨ ਹੈ ਕਿ ਆਪਣੀ ਹਰ ਜਗ੍ਹਾ ਤੁਸੀਂ ਬੂਟੇ ਜ਼ਰੂਰ ਲਗਾਓ। ਔਰ ਇੱਕ ਹੋਰ ਸਿਸਟਮ ਮੈਂ ਚਾਹੁੰਦਾ ਜ਼ਰੂਰ ਹੋਵੇ ਕਿ ਆਪਾਂ ਰੋਡ 'ਤੇ ਤਾਂ ਬੂਟੇ ਲਗਾ ਰਹੇ ਹਾਂ, ਜਿੱਦਾਂ ਕਈ ਗਲੀਆਂ 'ਚ ਘਰਾਂ 'ਚ ਆਸ ਪਾਸ ਕਈ ਗਲੀਆਂ ਐਸੀਆਂ ਹੁੰਦੀਆਂ, ਆਪਾਂ ਸਰਕਾਰ ਨੂੰ ਚਾਹੀਦਾ ਕੁਛ ਐਸਾ ਸਿਸਟਮ ਬਣਾਏ ਗਲੀਆਂ ਦੇ ਬਾਹਰ ਵੀ ਬੂਟੇ ਲਗਾਏ ਜਾਣ ਕਿ ਪਰਿਆਵਰਨ ਜਿਹੜਾ ਸਾਡਾ ਬਿਲਕੁਲ ਸਹੀ ਰਹੇ, ਸਵੱਛ ਰਹੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਔਰ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਇਸ ਜਗ੍ਹਾ 'ਤੇ ਉਹ ਸਾਡਾ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੇ ਨੇ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਮਨੀਸ਼, ਆਮ ਆਦਮੀ ਪਾਰਟੀ ਤੋਂ, ਬਾਬਾ ਜੀ ਦੀ ਕਿਰਪਾ ਦੇ ਨਾਲ ਅੱਜ ਸਾਨੂੰ ਵੀ ਮੌਕਾ ਮਿਲਿਆ, ਜਿਹੜੇ ਬਾਬਾ ਜੀ ਨੇ ਉਪਰਾਲਾ ਸ਼ੁਰੂ ਕੀਤਾ ਆ ਕਿ 1,00,000 ਬੂਟਾ ਲਗਾਇਆ ਜਾਏਗਾ। ਅੱਜ ਤੀਸਰਾ ਐਤਵਾਰ ਆ ਲਗਾਤਾਰ ਬਾਬਾ ਜੀ ਜਿਹੜਾ ਇਹ ਕੰਮ ਲਾਇਆ ਹੋਇਆ, ਇਹਨਾਂ ਦੇ ਸੇਵਾਦਾਰ ਕੰਮ ਕਰ ਰਹੇ ਨੇ। ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਇੰਨੇ ਕਾਬਲ ਸਮਝਿਆ ਕਿ ਮੇਰੀ ਪੂਰੀ ਟੀਮ ਨੂੰ ਆਪਾਂ ਅਸੀਂ ਨਾਲ ਲੈ ਕੇ ਜਿਹੜਾ ਇਹ ਬੂਟੇ ਲਗਾਉਣ ਦਾ ਕੰਮ ਹੈ, ਜਿਹੜੇ ਪੌਦੇ ਲਗਾਉਣ ਦਾ ਕੰਮ ਹੈ, ਸ੍ਰਿਸ਼ਟੀ ਦੀ ਜਿਹੜੀ ਸੰਰਕਸ਼ਣਾ ਆ ਉਹਨੂੰ ਬਚਾਉਣ ਦਾ ਕੰਮ ਹੈ, ਪਰਿਆਵਰਨ ਨੂੰ ਠੀਕ ਰੱਖਣ ਦਾ ਕੰਮ ਹੈ, ਉਹਦੇ ਵਿੱਚ ਸਾਡਾ ਵੀ ਹਿੱਸਾ ਪਵਾਇਆ। ਬਹੁਤ ਬਹੁਤ ਧੰਨਵਾਦ ਬਾਬਾ ਜੀ ਕਿ ਤੁਸੀਂ ਸਾਨੂੰ ਇੰਨੇ ਕਾਬਲ ਸਮਝਿਆ ਹੈ। ਦੂਸਰਾ, ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਉਪਰਾਲਾ ਬਾਬਾ ਜੀ ਕਰ ਰਹੇ ਨੇ, ਇਹ ਉਪਰਾਲਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ, ਕਿਉਂਕਿ ਇਸੇ ਤਰ੍ਹਾਂ ਆਪਾਂ ਜਿਹੜਾ ਪੰਜਾਬ ਹੈ ਉਹਨੂੰ ਰੰਗਲਾ ਪੰਜਾਬ ਵੀ ਬਣਾ ਪਾਵਾਂਗੇ, ਆਪਣੇ ਬੱਚਿਆਂ ਲਈ ਅੱਗੇ ਆਉਣ ਵਾਲੇ ਸਮੇਂ ਵਿੱਚ ਪਾਣੀ ਵੀ ਬਚਾ ਪਾਵਾਂਗੇ, ਕਿਉਂਕਿ ਤੁਸੀਂ ਦੇਖ ਰਹੇ ਹੋ ਮੌਨਸੂਨ ਦਾ ਸਮਾਂ ਆਇਆ ਹੋਇਆ, ਕਦੋਂ ਦਾ ਸੁਣਿਆ ਹੋਇਆ ਆਪਾਂ ਕਿ ਮੌਨਸੂਨ ਆ ਗਿਆ ਹੋਇਆ, ਬਾਰਿਸ਼ਾਂ ਬਹੁਤ ਘੱਟ ਹੋ ਰਹੀਆਂ ਨੇ। ਇਹ ਜਿਹੜਾ ਮੌਸਮ ਹੈ ਇਹ ਸਭ ਤੋਂ ਵਧੀਆ ਮੌਸਮ ਮੰਨਿਆ ਜਾਂਦਾ ਕਿ ਪੇੜ ਪੌਦੇ ਲਗਾਏ ਜਾਣ, ਕਿਉਂਕਿ ਪੇੜ ਪੌਦੇ ਜਿਹੜੇ ਹੈਗੇ ਜਿੰਨਾ ਉਹਨਾਂ ਨੂੰ ਪਾਣੀ ਮਿਲੇਗਾ ਉਨੀ ਜਲਦੀ ਉਹ ਵੱਡੇ ਹੋਣਗੇ ਅਤੇ ਉਨੀ ਵਧੀਆ ਤਰੀਕੇ ਨਾਲ ਉਹ ਸਾਨੂੰ ਜਿਹੜਾ ਆਕਸੀਜਨ ਹੈ ਉਹ ਦੇਣਗੇ ਅਤੇ ਜਿਹੜੇ ਆਉਣ ਜਾਣ ਵਾਲੇ ਰਾਹਗੀਰ ਹੈ ਉਹਨਾਂ ਨੂੰ ਛਾਂ ਦੇਣਗੇ। ਇਹ ਬਹੁਤ ਵੱਡਾ ਕੰਮ ਹੈ। ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਹੋ, ਤੁਹਾਡੇ 'ਚ ਲਿੰਕ 'ਚ ਬਹੁਤ ਹੈਗੇ, ਆਮ ਆਦਮੀ ਪਾਰਟੀ ਵੈਸਟ 'ਚ ਵੀ ਹੈ, ਸੈਂਟਰ 'ਚ ਵੀ ਹੈ, ਨੌਰਥ 'ਚ ਵੀ ਹੈ। ਆਉਣ ਵਾਲੇ 15-20 ਦਿਨ ਦੇ ਵਿੱਚ ਅਸੀਂ ਵੀ ਇਹੀ ਉਪਰਾਲਾ ਜੋ ਬਾਬਾ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸ਼ੁਰੂ ਕਰਨ ਜਾ ਰਹੇ ਹਾਂ। ਮੇਰੀ ਪੂਰੀ ਦੀ ਪੂਰੀ ਵਾਰਡ ਨੰਬਰ 74 ਦੀ ਟੀਮ ਜਿਹੜੀ ਹੈਗੀ ਹੈ ਉਹ ਸਾਰੇ ਦਾ ਏਰੀਆ ਆਪਣਾ ਆਲਾ ਦੁਆਲਾ ਏਰੀਆ ਕਵਰ ਕਰਕੇ ਉੱਥੇ ਹਰ ਤਰ੍ਹਾਂ ਦੇ ਬੂਟੇ ਅਸੀਂ ਖੁਦ ਪ੍ਰੋਵਾਈਡ ਕਰਾਂਗੇ ਲੋਕਾਂ ਨੂੰ, ਜਿਨ੍ਹਾਂ ਨੂੰ ਬੂਟੇ ਚਾਹੀਦੇ ਹੋਣਗੇ ਆਪਣਾ ਨੰਬਰ ਪ੍ਰੋਵਾਈਡ ਕਰਨਗੇ ਕਿ ਸਾਨੂੰ ਸਿਰਫ ਤੁਸੀਂ ਜਗ੍ਹਾ ਦਿਓ ਕਿ ਇੱਥੇ ਜਗ੍ਹਾ ਹੈਗੀ ਬੂਟੇ ਲਾਉਣ ਦੀ, ਬੂਟੇ ਅਸੀਂ ਖੁਦ ਆ ਕੇ ਲਾ ਕੇ ਜਾਵਾਂਗੇ ਅਤੇ ਉਹਨਾਂ ਦੀ ਦੇਖਭਾਲ ਲਈ ਵੀ ਆਪਾਂ ਪੂਰੀ ਦੀ ਪੂਰੀ ਟੀਮ ਲਗਾ ਕੇ ਰੱਖਾਂਗੇ। ਤੁਹਾਡੇ ਵੱਲੋਂ ਕਿੰਨੇ ਕੁ ਬੂਟੇ ਲਗਾਏ ਜਾਣਗੇ? ਅਸੀਂ ਸਰ ਕੋਸ਼ਿਸ਼ ਕਰਾਂਗੇ ਕਿ ਹਰ ਸੰਡੇ ਦੀ ਸੰਡੇ ਘੱਟੋ ਘੱਟ 100 ਬੂਟਾ ਲਗਾਇਆ ਜਾਵੇ ਅਤੇ ਇਹ ਉਪਰਾਲਾ ਜਦੋਂ ਤੱਕ ਉਹ ਪਰਮਾਤਮਾ ਦੀ ਮਿਹਰ ਹੋਏਗੀ ਆਪਾਂ ਚਲਾ ਕੇ ਰੱਖਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ।
ਉਪਰਾਲਾ ਕੀਤਾ ਹੈ ਉਹਦੇ ਬਾਰੇ ਥੋੜ੍ਹਾ ਬਰੀਫ ਕਰ ਦਿਓ, ਨਾਮ ਦੱਸ ਦਿਓ ਪਹਿਲਾਂ ਆਪਣਾ। ਮੈਂ ਸ਼ਿਖਾ ਵਰਮਾ, ਆਪ ਦੀ ਕਾਰਜਕਰਤਾ, ਅਤੇ ਮੈਂ ਡਾਕਟਰ ਮਨੀਸ਼ ਜੀ ਦਾ ਔਰ ਬਾਬਾ ਜੀ ਦਾ ਔਰ ਭਗਤ ਜੀ ਦਾ ਧੰਨਵਾਦ ਕਰਦੀ ਹਾਂ। ਉਹਨਾਂ ਨੇ ਸਾਨੂੰ ਬੜੇ ਅੱਛੇ ਉਪਰਾਲੇ 'ਤੇ ਬੁਲਾਇਆ ਹੈ ਅਤੇ ਦਿਲੋਂ ਧੰਨਵਾਦ ਹੈ। ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਜਿੱਦਾਂ ਆਪਾਂ ਇੱਥੇ ਗੱਲ ਕਰ ਰਹੇ ਹਾਂ ਵੀ ਆਪਾਂ ਨੂੰ ਬੂਟੇ ਲਗਾਉਣੇ ਚਾਹੀਦੇ ਆ, ਕੁਛ ਸਕੂਲ ਹੈਗੇ ਆ ਮੱਤ ਬੁੱਧੀ ਬੱਚੇ ਰਹਿੰਦੇ ਆ ਮਕਸੂਦਾਂ ਦੇ ਵਿੱਚ, ਔਰ ਉਹਨਾਂ ਨੂੰ ਵੀ ਮੈਂ ਕਹਿੰਦੀ ਹਾਂ ਵੀ ਬਰਥਡੇ 'ਤੇ ਜਾਂ ਕੁਛ ਵੀ ਪ੍ਰੋਗਰਾਮ ਹੁੰਦਾ ਅਤੇ ਉਹ ਬੱਚਿਆਂ ਦੀ ਵੀ ਹੈਲਪ ਕੀਤੀ ਜਾਵੇ। ਮੈਂ ਅੱਜ ਬਾਬਾ ਜੀ ਨੂੰ ਔਰ ਡਾਕਟਰ ਮਨੀਸ਼ ਜੀ ਨੂੰ ਔਰ ਭਗਤ ਜੀ ਨੂੰ ਇੱਕ ਮੈਸੇਜ ਦੇਵਾਂਗੀ, ਇੱਕ ਵਾਰੀ ਮੇਰੇ ਕਹਿਣ 'ਤੇ ਪ੍ਰਿਆਸ ਸਕੂਲ ਹੋ ਕੇ ਆਓ ਅਤੇ ਉੱਥੋਂ ਦਾ ਵੀ ਦੇਖੋ ਕੀ ਹਿਸਾਬ ਕਿਤਾਬ ਹੈ, ਵੀ ਮਤਲਬ ਉੱਥੇ ਵੀ ਸਾਡੇ ਲੋਕਾਂ ਦੀ ਉਹ ਪ੍ਰਿਆਸ ਸਕੂਲ ਦੇ ਬੱਚਿਆਂ ਨੂੰ ਬਹੁਤ ਜ਼ਰੂਰਤ ਹੈ। ਅਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ, ਉਹਦੇ ਵੀ ਲਗਾਓ ਅਤੇ ਪ੍ਰਿਆਸ ਸਕੂਲ ਦੇ ਵਿੱਚ। ਤੁਹਾਡੀ ਪਾਰਟੀ ਵੱਲੋਂ ਤੁਹਾਡੇ ਲੇਡੀਜ਼ ਵਿੰਗ ਦੇ ਬਹੁਤ ਤੁਹਾਡੇ ਹੋਣੇ ਲਿੰਕ 'ਚ, ਉਹਨਾਂ ਲੇਡੀਜ਼ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਲੇਡੀਜ਼ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਪੌਦੇ ਵੀ ਲਗਾਓ, ਔਰ ਮੇਰੀ ਛੋਟੀ ਜਿਹੀ ਸੋਚ ਹੈ ਔਰ ਸਾਰਿਆਂ ਦੀ ਸੋਚ ਇਹੀ ਹੋਣੀ ਚਾਹੀਦੀ ਹੈ, ਮੈਂ ਮਤਲਬ ਬੱਚਿਆਂ ਦਾ ਜਨਮ ਦਿਨ ਹੋਵੇ ਜਾਂ ਕੁਛ ਵੀ ਪ੍ਰੋਗਰਾਮ ਹੋਵੇ ਮੈਂ ਐਨ ਜੀ ਓ 'ਤੇ ਜਾਂਦੀ ਹਾਂ ਅਤੇ ਉੱਥੇ ਹਰ ਚੀਜ਼ ਦਿੰਦੀ ਹਾਂ, ਅਤੇ ਮੈਂ ਇਹ ਚਾਹੁੰਦੀ ਹਾਂ ਹਰ ਲੇਡੀਜ਼ ਮੇਰੇ ਨਾਲ ਤੁਰੇ ਔਰ ਮੇਰਾ ਸਟਾਫ ਨਾਲ ਤੁਰੇ, ਅਸੀਂ ਜਾਈਏ ਔਰ ਬੱਚਿਆਂ ਦੀ ਸੇਵਾ ਕਰੀਏ। ਔਰ ਬੱਚਿਆਂ ਨੂੰ ਸਾਡੇ ਸਾਨੂੰ ਜਦੋਂ ਮਿਲਦੇ ਆ ਨਾ ਬੱਚੇ ਔਰ ਸਾਨੂੰ ਆਪਣੇ ਮਾਂ ਬਾਪ ਦੇ ਰੂਪ 'ਚ ਦੇਖਦੇ ਆ ਨਾ, ਤਾਂ ਤੁਸੀਂ ਵੀ ਇੱਕ ਵਾਰੀ ਉੱਥੇ ਜਾ ਕੇ ਦੇਖੋ ਵੀ ਉਹਨਾਂ ਨੂੰ ਤੁਹਾਡੀ ਕਿੰਨੀ ਜ਼ਰੂਰਤ ਹੈ। ਲੰਗਰ ਲਗਾਓ ਠੀਕ ਹੈ, ਸਾਰਾ ਕੁਝ ਕਰੋ, ਪਰ ਇੱਕ ਵਾਰੀ ਉਹਨਾਂ ਬੱਚਿਆਂ ਨੂੰ ਵੀ ਮਿਲ ਕੇ ਦੇਖੋ। ਥੈਂਕ ਯੂ ਸੋ ਮਚ। ਅਤੇ ਆਪਣਾ ਨਾਮ ਦੱਸ ਦਿਓ। ਜੈ ਗੁਰੂ ਜੀ ਜੀ, ਅਤੇ ਮੰਤਰੀ ਬਾਬਾ ਜੀ, ਅੱਜ 4 ਤਰੀਕ ਦਿਨ ਐਤਵਾਰ, ਇਹ ਤੀਸਰਾ ਐਤਵਾਰ ਹੈ ਜਿਹੜਾ ਅਸੀਂ ਕਿ ਬੂਟੇ ਲਗਾ ਰਹੇ ਹਾਂ। ਅਸੀਂ ਦੱਸਿਆ ਸੀਗਾ ਪਹਿਲਾਂ ਵੀ ਅਸੀਂ 30 ਲੱਖ ਬੂਟਾ ਅਸੀਂ ਜਲੰਧਰ ਸ਼ਹਿਰ ਦੇ ਆਲੇ ਦੁਆਲੇ ਵਗੈਰਾ ਲਗਾਵਾਂਗੇ, ਅਤੇ ਅੱਜ ਸਾਡੇ ਕੋਲ ਮਨੀਸ਼ ਜੀ ਆਏ ਨੇ ਡਾਕਟਰ ਸਾਹਿਬ, ਅਤੇ ਇਹਦੇ ਵਿੱਚ ਧੰਨਵਾਦ ਇਹਨਾਂ ਦਾ। ਅਤੇ ਬਸ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਬੂਟੇ ਲਗਾਓ, ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਬੂਟੇ ਲੈਣ 'ਚ ਪਰੇਸ਼ਾਨੀ ਆਉਂਦੀ ਉਹ ਸਾਡੇ ਨਾਲ ਸੰਪਰਕ ਕਰੋ ਅਤੇ ਅਸੀਂ ਉਹਨਾਂ ਨੂੰ ਬੂਟੇ ਪ੍ਰੋਵਾਈਡ ਵੀ ਕਰਾਂਗੇ। ਤੁਹਾਡੇ ਜ਼ਹਿਨ ਵਿੱਚ ਕਿੱਦਾਂ ਆਇਆ ਬੂਟਿਆਂ ਦਾ ਉਪਰਾਲਾ? ਜੀ ਉਹ ਮਾਲਕ ਪਾਉਣ ਵਾਲਾ ਜ਼ਹਿਨ 'ਚ, ਕਾਫੀ ਗਰਮੀ ਜਿਸ ਹਿਸਾਬ ਨਾਲ ਹੋ ਗਈ, ਐਕਚੁਅਲੀ ਦੁਬਈ ਵੀ ਸਾਡੇ ਕੰਮ ਹੈਗੇ ਆ, ਅਸੀਂ ਉੱਥੇ ਜਾ ਕੇ ਦੇਖਿਆ ਉੱਥੇ ਦਾ ਟੈਂਪਰੇਚਰ ਘਟਿਆ, ਕਾਫੀ ਉਹਨਾਂ ਨੇ ਬੂਟੇ ਪੇੜ ਵਗੈਰਾ ਉਗਾਏ ਆ, ਇਸ ਕਰਕੇ ਇੱਧਰ ਦਾ ਟੈਂਪਰੇਚਰ ਜ਼ਿਆਦਾ ਹੈ, ਜੇ ਅਸੀਂ ਇੱਧਰ ਆਪਣਾ ਬੂਟੇ ਲਗਾਵਾਂਗੇ ਟੈਂਪਰੇਚਰ ਵੀ ਘਟੇਗਾ, ਇਸ ਮਾਈਂਡ ਨਾਲ ਆਇਆ। ਅਤੇ ਆਕਸੀਜਨ, ਦੂਸਰਾ ਆਕਸੀਜਨ ਦੀ ਕਮੀ ਕਾਫੀ ਹੋ ਰਹੀ ਹੈ, ਉਹ ਤਾਂ ਕੈਨ 'ਚ ਵੀ ਆਕਸੀਜਨ ਆ ਰਹੀ ਹੈ, ਬਟ ਉਹ ਤੋਂ ਬਚਣ ਵਾਸਤੇ ਵੀ ਬੂਟਾ ਬਹੁਤ ਵਧੀਆ ਜ਼ਰੀਆ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਲੋਕਾਂ ਨੂੰ ਬਸ ਇਹੀ ਮੈਸੇਜ ਕਿ ਤੁਸੀਂ ਵੀ ਆਪਣੇ ਘਰ ਦੇ ਬਾਹਰ ਜਿੱਥੇ ਤੁਹਾਨੂੰ ਜਗ੍ਹਾ ਲੱਗੇ ਇੱਕ ਇੱਕ ਦੋ ਬੂਟੇ ਲਾਓ। ਬਸ ਜਨਮ ਦਿਨ 'ਤੇ ਲਾਉਣਾ ਚਾਹੀਦਾ, ਜਿੱਦਾਂ ਕਿਸੇ ਦੀ ਡੈਥ ਹੋ ਜਾਂਦੀ ਹੈ ਜਨਮ ਦਿਨ ਹੈਗਾ ਉਦੋਂ ਲਾਉਣਾ ਚਾਹੀਦਾ ਉਸ ਪਰਪਸ 'ਤੇ? ਬਿਲਕੁਲ ਬਿਲਕੁਲ ਲਾਉਣਾ ਚਾਹੀਦਾ, ਇਹ ਤਾਂ ਹੁਣ ਖਾਣਾ ਚਾਹੀਦਾ ਬੰਦੇ ਨੂੰ, ਦੱਸੋ ਜੀ ਖਾਣਾ ਚਾਹੀਦਾ ਨਾ, ਭਾਵੇਂ ਕੋਈ ਜੰਮਿਆ ਭਾਵੇਂ ਕੋਈ ਮਰਿਆ, ਅਤੇ ਉਹਦੇ ਨਾਲ ਕੋਈ ਮੈਟਰ ਨਹੀਂ, ਬਸ ਲਗਾਓ। ਨਹੀਂ, ਕਈ ਸੰਸਥਾਵਾਂ ਦਾ ਕਹਿਣਾ ਹੈ, ਮੰਨ ਲਓ ਕਿਸੇ ਦੇ ਘਰ ਦੇ ਬੱਚੇ ਦਾ ਜਨਮਦਿਨ ਦਾ, ਬਜ਼ੁਰਗ ਜਾਂ ਵੱਡੇ ਦਾ ਹੈਗਾ, ਵੀ ਆਪਣੇ ਜਨਮਦਿਨ 'ਤੇ ਪਾਰਟੀਆਂ ਸ਼ਾਰਟੀਆਂ ਕਰਨਾ ਚੰਗਾ, 5-5 ਪੌਦੇ ਲਾਉਣੇ ਚਾਹੀਦੇ ਉਪਰਾਲਾ, ਠੀਕ ਹੈ? ਜੀ 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 ਬਿਲਕੁਲ, ਬਹੁਤ ਵਧੀਆ ਉਪਰਾਲਾ। ਐਕਚੁਅਲੀ ਨਾ ਇੰਗਲੈਂਡ ਦੇ ਵਿੱਚ ਜਿੱਥੇ ਡੈਥ ਹੋ ਜਾਂਦੀ ਨਾ, ਇੰਗਲੈਂਡ ਦੇ ਵਿੱਚ ਇਹ ਰੀਤੀ ਰਿਵਾਜ ਆ, ਉਹ ਡੈਥ ਵਾਲੇ ਵੀ ਉਹ ਪੌਦੇ ਵਗੈਰਾ ਲਗਾਉਂਦੇ ਆ। ਚਲੋ ਵਧੀਆ, ਜਨਮਦਿਨ 'ਤੇ ਲਗਾਉਣ, ਪਰ ਹਰ ਮੌਸਮ 'ਚ ਲਗਾਓ, ਪਰਫੈਕਟ ਤਰੀਕੇ ਨਾਲ। ਬਾਬਾ ਜੀ, ਦੇਖਣ ਨੂੰ ਮਿਲਦਾ ਕਿ ਪੌਦੇ ਲਗਾ ਕੇ ਚੱਲ ਜਾਂਦੀਆਂ ਸੰਸਥਾਵਾਂ, ਉਸ ਤੋਂ ਬਾਅਦ ਦੇਖਭਾਲ ਕਿਵੇਂ ਹੁੰਦੀ ਆ ਤੁਹਾਡੀ? ਕੋਈ ਦੇਖਭਾਲ ਲਈ ਤੁਸੀਂ ਮਾਲੀ ਵਗੈਰਾ ਵੀ ਪੁਆਇੰਟ? ਹਾਂਜੀ ਹਾਂਜੀ, ਮਾਲੀ ਪੁਆਇੰਟ ਕੀਤਾ, ਸਾਡੇ ਵਰਕਰ ਵੀ ਹੈਗੇ ਨੇ, ਸੇਵਾਦਾਰ ਵੀ ਹੈਗੇ ਨੇ, ਬਟ ਅਸੀਂ ਜਿੰਨਾ ਦੇ ਸਾਹਮਣੇ ਲਗਾਉਂਦੇ ਹਾਂ, ਜਿੱਦਾਂ ਮੰਨ ਲਓ ਦੁਕਾਨ ਦੇ ਸਾਹਮਣੇ ਲਗਾਇਆ ਤਾਂ ਦੁਕਾਨ ਵਾਲੇ ਨੂੰ ਅਸੀਂ ਕਹਿ ਦਿੰਦੇ ਹਾਂ, ਅਤੇ ਚਲੋ ਮਾਲਕ ਦੇ ਉਹ ਸਾਡੀ ਗੱਲ ਮੰਨਦੇ ਨੇ ਅਤੇ ਉਹ ਵੀ ਦੇਖਭਾਲ ਨਾਲ ਕਰਦੇ, ਇਹ ਸਭ ਦੇ ਸਹਿਯੋਗ ਨਾਲ ਹੋਏਗਾ, ਇਕੱਲੇ ਸਾਡੇ ਕਾਰਨ ਜਾਂ ਇਕੱਲੇ ਇੱਕ ਬੰਦੇ ਕਾਰਨ ਨਹੀਂ ਹੋਏਗਾ। ਬਾਬਾ ਜੀ, ਕਿੰਨੇ ਬੂਟੇ ਲਗਾਏ ਗਏ ਅੱਜ ਤੁਹਾਡੇ ਵੱਲੋਂ? ਅੱਜ ਵੀ ਅਸੀਂ ਹਰ ਤਰ੍ਹਾਂ ਦੇ 50 ਬੂਟੇ ਲਗਾਏ ਗਏ।
ਇਸ ਤਰ੍ਹਾਂ ਦੇ ਉਪਰਾਲੇ ਅੱਗੋਂ ਵੀ ਚੱਲਣਗੇ? ਜੀ ਜ਼ਰੂਰ ਚੱਲਣਗੇ। ਠੀਕ, ਧੰਨਵਾਦ।